talking to Wanda. And she's a little odd. जो बख्शिशां साढ़े ते मालक ने कीती हैं उन्हां नूं साझा करने आए हैं। एक नजारा आपने इन्हें सवेरे भी देखा संगत के जड़ी संगत मौजूद सी कि वो भाई सोलन का रहने वाला बच्चा जो रैणियां सानू सच्चे पातशाह ने जो साड़ी मां आप मालक ने सतगुर संता साहब जी सतगुर भगवान दास साहब जी ने माफी दी कुछ रैणियां वो गुरु नानक पातशाह को चलियां सतगुर बालक सिंह साहब जी का उद्देश ਭਾਂਡਾ ਅਸੀਂ ਸੁਚਾ ਰੱਖੀਏ ਨਾਲ ਜਦੋਂ ਇਤਿਹਾਸ ਆਉਂਦਾ ਹੈ ਇਸ ਗੱਲ ਨੂੰ ਵਾਰ ਵਾਰ ਦੁਹਰਾਇਆ ਜਾਂਦਾ ਹੈ ਕਿ ਅਸੀਂ ਕਿੰਨ ਤਿੰਨ ਚੀਜ਼ਾਂ ਤੋਂ ਬਚੀਏ ਪਰ ਕੰਮ ਤੋਂ ਬਚੀਏ ਪਰ ਕੰਮ ਤੋਂ ਬਚੀਏ ਪਰ ਕੰਮ ਤੋਂ ਬਚੀਏ ਬੱਚਾ ਜਦੋਂ ਸੰਗਤ ਦੇ ਥੱਲੋਂ ਇੱਕ ਪ੍ਰਕਰਨ ਸਤਿਗੁਰ ਸੇਵਾ ਰਾਮ ਜੀ ਦਾ ਯਾਦ ਆ ਗਿਆ ਪ੍ਰਕਰਨ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਾਮਾ ਰਹਿਣਾ ਸਾਖੀ ਪਾਉਂਦੇ ਸਨ ਕਿ ਬਈ ਸੰਗਤ ਵਿੱਚ ਆਉਂਦੇ ਹਾਂ ਤੇ ਭੁੱਲ ਦੀ ਮਾਫ਼ੀ ਵੀ ਮਿਲਦੀ ਹੈ ਸਤਿਗੁਰ ਜੀ ਸੁਣਾਇਆ ਕਰਦੇ ਸਨ ਸਤਿਗੁਰ ਸੇਵਾ ਰਾਮ ਉਹ ਕਹਿੰਦੇ ਸਨ ਕਿ ਬਈ ਸੰਗਤ ਆ ਕੇ ਅਗਰ ਗਲਤੀ ਕੀਤੀ ਹੈ ਤੇ ਖੜੇ ਹੋ ਕੇ ਸੰਗਤ ਦੇ ਅਗਰ ਮਾਫ਼ੀ ਮੰਗ ਲਓ ਤੇ ਉਸ ਦੀ ਮਾਫ਼ੀ ਮਿਲਦੀ ਹੈ ਤੇ ਉਹ ਬਖਸ਼ਿਆ ਜਾਂਦਾ ਤੇ ਉਹ ਗੱਲ ਯਾਦ ਆ ਗਈ ਤੇ ਕਿਸੇ ਨੇ ਨਾਲ ਇਹ ਸਵਾਲ ਕਰ ਦਿੱਤਾ ਸਵਾਲ ਕਰ ਦਿੱਤਾ ਕਿ ਜੀ ਅਗਰ ਮਾਫ਼ੀ ਮੰਗਣੇ ਤਾਂ ਕੋਈ ਸੰਕੋਚ ਕਰ ਜਾਵੇ ਤਾਂ ਕਹਿਣ ਲੱਗੇ ਫਿਰ ਭੁਗਤ ਕਿ ਕਿਉਂ ਕਰਦੇ ਹੋ ਅਗਰ ਤੁਹਾਨੂੰ ਪਤਾ ਹੈ ਕਿ ਅਸੀਂ ਇਸ ਗੱਲ ਨੂੰ ਸੰਗਤ ਵਿੱਚ ਬਹਿ ਕੇ ਸਾਂਝਾ ਨਹੀਂ ਕਰ ਸਕਦੇ ਇਸ ਭੁੱਲ ਨੂੰ ਹੀ ਕਿਉਂ ਕਰਦੇ ਤੇ ਕਹਿੰਦੇ ਅਗਰ ਭੁੱਲ ਹੋਈ ਹੈ ਤਾਂ ਫਿਰ ਇਸ ਚੀਜ਼ ਨੂੰ ਇਤਨਾ ਵੱਡਾ ਦਿਲ ਵੀ ਰੱਖੋ ਕਿ ਸੰਗਤ ਤੇ ਇੱਕ ਵਾਰ ਖੜੇ ਹੋ ਕੇ ਤੇ ਆਪਣੇ ਗੁਨਾਹਾਂ ਦੀ ਮਾਫ਼ੀ ਮੰਗ ਲਓ ਤੇ ਸਤਿਗੁਰ ਕਿੰਨਾ ਵੱਡਾ ਹੈ ਕਿ ਉਹ ਤੁਹਾਡੇ ਗੁਨਾਹ ਮਾਫ਼ ਕਰਦਾ ਹੈ ਤੇ ਅੱਜ ਉਹ ਵਚਨ ਸਤਿਗੁਰਾਂ ਦੇ ਇਹ ਬੱਚੇ ਨੇ ਸੰਗਤ ਵਿੱਚ ਆ ਕੇ ਜੋ ਸਟੇਜ ਰਾਹੀਂ ਦੱਸਿਆ ਗਿਆ ਤੇ ਬੱਚੇ ਨੂੰ ਵੀ ਸਮਝ ਆਈ ਤੇ ਫਿਰ ਉਹ ਗੁਨਾਹਾਂ ਦੀ ਮਾਫ਼ੀ ਕਿਉਂਕਿ ਸਾਧ ਸੰਗਤ ਇੱਥੇ ਮੌਜੂਦ ਹੈ ਸਤਿਗੁਰਾਂ ਦੀ ਇਹ ਗੱਲ ਸਾਨੂੰ ਸਮਝਾਉਣੀ ਦਿੱਤੀ ਹੈ ਕਿ ਸਾਥ ਸੰਗਤ ਆਰਾਦੀ ਹੈ ਜੋੜੀ ਜੁੜੀ ਆਰਾਮ ਕਰਵਾਉਣੀ ਹੈ ਸੰਗਤ ਨੇ ਹੀ ਅੱਜ ਮਿਲ ਕੇ ਸਭ ਨੇ ਜਦੋਂ ਅਰਦਾਸ ਹੋ ਰਹੇ ਨਾ ਤੇ ਇਸ ਬੱਚੇ ਵਾਸਤੇ ਵੀ ਅਰਦਾਸ ਕਰਨਾ ਪਾਤਸ਼ਾਹ ਜਿਹੜੀ ਰਾਹ ਆਪ ਜੀ ਨੇ ਸਾਨੂੰ ਦੱਸੀ ਹੈ ਅਸੀਂ ਉਸ 'ਤੇ ਚੱਲ ਸਕੀਏ ਇਸ ਗੱਲ ਨੂੰ ਇਹ ਵੀ ਸਮਝ ਲੈਣਾ ਇਸ ਬੱਚੇ ਨੇ ਤੇ ਭੁਗਤਿਆ ਤੇ ਆਪਣੇ ਆਪ ਨੂੰ ਸੰਗਤ ਦੇ ਸਮਕਸ਼ ਕਰ ਦਿੱਤਾ ਕਿਤਨੇ ਸਾਡੇ ਵਿੱਚੋਂ ਐਸੇ ਹੋਣਗੇ ਹਲੇ ਵੀ ਜਿਹੜੇ ਗਲਤੀਆਂ ਕਰਦੇ ਹੋਣਗੇ ਤੇ ਚੁਪਾਉਂਦੇ ਹੋਣਗੇ ਤੇ ਇਸ ਗੱਲ ਨੂੰ ਅਸੀਂ ਸਮਝੀਏ ਕਿ ਉਹਨਾਂ ਫਿਰ ਕੀ ਹਾਲ ਹੋਣਾ ਸਾਡਾ ਕਿਉਂਕਿ ਸਾਡੀ ਜਿਹੜੀ ਜ਼ਬਾਨ ਹੈ ਨਾ ਜਿਹੜੀ ਸਾਡੀ ਕਮਿਟਮੈਂਟ ਹੈ ਉਹ ਸਾਡੀ ਆਪਣੇ ਮਾਲਕ ਨਾਲ ਹੈ ਤੇ ਆਪਣੇ ਮਾਲਕ ਨੂੰ
अगर असी कमिटमेंट तो पिछे होने तो इन समझ लाना कि असी अपने मालक को धोखा दे रहे असी यतन करिए संगत च आने हाँ कि साखियां जड़ियां समझाइया जांदियां ने बार बार दोहराइया जांदियां ने ये सानू पक्का करने वास्ते कि साढ़े विच अगर कोई कमी है तो वह दूर हो जाए उस चीज से असी अपने आप को दृढ़ करिए अपने आप को होर मजबूत करिए प्रकरण प्रीता पार का देशना जिक्र किया काफ़ी सारी संगत मौजूद है जी नहीं भी सी भाई मूलचंद की साखी आप भली प्रकार सारे ज्यादातर जानते सिर्फ इस गल से विचार करिए भाई मूल सिंह कि भाई मूल सिंह ने जदों हार के उन्हां जमींदारां का नुकसान करके फिर पल्ला पा के जदों संतों की संगत च बह गया ਉਹਦਾ ਬਚਾਅ ਹੋ ਗਿਆ ਤੇ ਫਿਰ ਜਦੋਂ ਜ਼ਮੀਂਦਾਰ ਚਲੇ ਵੀ ਗਏ ਉਦੋਂ ਸਤਿਗੁਰਾਂ ਨੇ ਇਹ ਵਚਨ ਕਰ ਦਿੱਤਾ ਕਿ ਇੱਥੇ ਚੋਲਾਂ ਦਾ ਕੀ ਕੰਮ ਹੁਣ ਗੱਲ ਸਮਝਣਾ ਹੁਣ ਇਹ ਵਚਨ ਕੰਮ ਕਰ ਰਹੇ ਨੇ ਇੱਥੇ ਚੋਲਾਂ ਦਾ ਕੀ ਕੰਮ ਤੇ ਜ਼ਮੀਂਦਾਰ ਨੇ ਮਾਫ਼ੀ ਮੰਗੀ ਮਾਲਕ ਤੋਂ ਕਿ ਕਿਹਾ ਸਾਨੂੰ ਮਾਫ਼ ਕਰ ਦਿਓ ਅਸੀਂ ਖਾਮ ਖਾਸ ਤੁਹਾਡੇ ਜਿਹੜੇ ਸੇਵਕ ਸਿੱਖ ਨੇ ਉਹਨਾਂ 'ਤੇ ਸ਼ੱਕ ਕੀਤਾ ਅਤੇ ਉਹ ਚਲੇ ਗਏ ਅਤੇ ਲੇਕਿਨ ਸਤਿਗੁਰ 'ਤੇ ਜਾਣਦਾ ਸੀ ਸੰਤ ਕਿ ਉਹ ਵਿੱਚ ਹੀ ਬੈਠਾ ਹੈ ਅਤੇ ਸਤਿਗੁਰਾਂ ਨੇ ਫਿਰ ਸਮਝਾਉਣ ਵਾਸਤੇ ਹੀ ਉੱਥੇ ਕਿਹਾ ਕਿ ਮਨੁੱਖ ਜਿਹੜੇ ਗੁਨਾਹ ਕਰਦਾ ਹੈ ਅਤੇ ਕਿ ਜਦੋਂ ਉੱਥੇ ਸਮਝਾਵਣੀਆਂ ਚੱਲ ਰਹੀਆਂ ਸਨ ਤੇ ਮੂਲ ਚੰਦ ਨੂੰ ਇਹ ਸਮਝ ਆ ਗਈ ਕਿ ਇਹ ਜਿਹੜੀਆਂ ਸਮਝਾਵਣੀਆਂ ਗੁਰੂ ਮਹਾਰਾਜ ਸਾਨੂੰ ਜਿੱਥੇ ਦੇ ਰਿਹਾ ਹੈ ਇਹ ਕਿਸੇ ਹੋਰ ਵਾਸਤੇ ਨਹੀਂ ਇਹ ਸਾਰੀਆਂ ਮੇਰੇ 'ਤੇ ਲਾਗੂ ਹੋਈਆਂ ਫਿਰ ਉਹਦਾ ਅੰਦਰੋਂ ਜਦੋਂ ਤਾਂਬਾ ਚਿੜਿਆ ਤੇ ਸਤਿਗੁਰਾਂ ਦੇ ਚਰਨ ਪਕੜ ਲਏ ਸੰਖੇਪ ਵਿੱਚ ਪਿਛਲਾ ਵਰਣਨ ਕਰ ਰਹੇ ਅਤੇ ਫਿਰ ਸਤਿਗੁਰਾਂ ਨੇ ਉੱਥੇ ਜਿਹੜਾ ਸਾਡਾ ਇਤਿਹਾਸ ਹੈ ਉਹਦੇ 'ਚ ਇੱਕ ਸ਼ਬਦ ਵੀ ਆਉਂਦਾ ਹੈ ਕਿਉਂਕਿ ਅਸੀਂ ਸਾਰਿਆਂ ਨੇ ਪੜ੍ਹਨਾ ਹੈ ਕਿਉਂਕਿ ਉਹਦੇ ਵਿੱਚ ਸਿਰਫ ਇੱਕ ਮੂਲ ਸਿੰਘ ਦੀ ਛੂਟ ਨਹੀਂ ਹੋਈ ਮੂਲ ਚੰਦ ਦੀ ਅਸੀਂ ਸਾਰੇ ਜੈਸੇ ਅਸੀਂ ਜਿੰਨੇ ਹਾਂ ਨਾ ਅਸੀਂ ਵੀ ਉਹ ਦੇਣ ਅਤੇ ਅਸੀਂ ਆਪਣੇ ਕਿਉਂਕਿ ਇਹ ਜਿਹੜੇ ਸਮਾਗਮ ਹੁੰਦੇ ਨਾ ਇਹ ਸੰਗਤ ਵਿੱਚ ਬਖਸ਼ਵਾਉਣ ਦਾ ਇੱਕ ਇਹ ਤਰੀਕਾ ਵੀ ਹੁੰਦਾ ਹੈ ਕਿ ਆਦਮੀ ਕਹਿੰਦਾ ਹੈ ਕਿ ਕਿਸ ਤਰ੍ਹਾਂ ਉਸ ਟਾਈਮ ਉਹ ਸ਼ਬਦ ਜਿਹੜਾ ਪੜ੍ਹਿਆ ਗਿਆ ਉਸ ਟਾਈਮ ਵੀ ਬਣਿਆ ਸੀ ਅਤੇ ਅੱਜ ਫਿਰ ਇਸ ਗੱਲ ਨੂੰ ਬਣਾਂਗੇ ਨਾਲ ਹੀ ਮਾਲਕ ਸਾਡਾ ਸਾਨੂੰ ਤਾਂ ਸਮਝਾਉਣੀ ਵੀ ਦੇ ਕੇ ਗਿਆ ਜੋ ਪੰਜੀ ਸਾਹਿਬ ਆਪ ਜੀ ਨੇ ਲਿਖਿਆ ਹੋਣਾ ਕਿ ਆਪ ਮਾਲਕਾਂ ਦੇ ਹੱਥ ਲਿਖਣ ਉੱਥੇ ਇਸ ਸ਼ਬਦ ਦੇ ਦਰਸ਼ਨ ਹੁੰਦੇ ਨੇ ਅਤੇ ਆਓ ਅਸੀਂ ਸਾਰੇ ਮਿਲ ਕੇ ਇਸ ਨੂੰ ਇਸੇ ਤਰ੍ਹਾਂ ਹੀ ਪੜ੍ਹੀਏ ਤਾਤੀ ਜਾ ਕੇ ਉਹਨਾਂ ਜ਼ਿੰਮੇਦਾਰਾਂ ਦਾ ਜਿਹੜਾ ਨੁਕਸਾਨ ਕੀਤਾ ਹੈ ਉਹ ਜਿਤਨਾ ਬਣਦਾ ਹੈ ਉਹਨਾਂ ਨੂੰ ਉਸ ਤੋਂ ਸਵਾਇਆ ਦੇ ਕੇ ਆ ਅਤੇ ਉਹ ਇਸ ਗੱਲ 'ਤੇ ਵੀ ਡਰਿਆ ਕਿ ਭਾਈ ਮੈਂ ਉਹਨਾਂ ਕੋਲ ਜਾਵਾਂਗਾ ਅਤੇ ਉਹ ਮੈਨੂੰ ਮਾਰ ਦੇਣਗੇ ਲੇਕਿਨ ਹੁਣ ਇੱਥੇ ਆ ਕੇ ਗੱਲ ਕਿਤੇ ਭਟਕ ਗਈ ਕਿ ਉਸ ਤੋਂ ਪਹਿਲੇ ਉਹਨਾਂ ਨੇ ਮੂਲ ਚੰਦ ਨੇ ਕਿਹਾ ਸੱਚੇ ਪਾਤਸ਼ਾਹ ਮੈਨੂੰ ਆਪਣੇ ਨਾਲ ਜੋੜ ਲਓ ਅਤੇ ਤਾਂ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਕਿ ਪਹਿਲੇ ਤੂੰ ਉੱਥੋਂ ਗੁਨਾਹ ਬਖਸ਼ਵਾ ਕੇ ਆ ਜਿਨ੍ਹਾਂ ਦਾ ਗੁਨਾਹ ਹੱਕ ਨੁਕਸਾਨ ਕੀਤਾ ਹੈ ਉਸ ਤੋਂ ਬਾਅਦ ਵੀ ਤੈਨੂੰ ਭਜਨ ਲਿਆ ਤਾਂ
फिर उठे जाके उन्हें क्या हम मालिक का हुक्म है, कोई रास्ता नहीं। लेकिन वो जान चुकिया सी कि अगर मैं सतगुरां दी संगत विच ना पहुंचदा अज इन्होंने मैनू मार मुकाना सी। अज ये जीवन दान जरा मिलिया, ये जड़ी बख्शिश होई, ये जड़ी कृपा होई, एक जीवन विच हुण नवा बदलाव आ गया है। सतगुरां ने ऐसी बख्शिश कर दिती कि उस मूल चंदू नवा जीवन दे दिता, अपना तो बनाया ही बनाया, जीवन नू पलट दिता, जीवन नू पलट दिता। ते कहंदे ने कि उस टाइम जिहड़ा नुकसान सी उन्हां दा दिता जदों, ते जमींदारां ने एक गल कही कि भई इह गल समझा, इह गल समझा कि तैनू इह जुगत किन्ने दसी, भई इतना भारी नुकसान करके अज तू साढ़े घर चल के आ गया, ये जुगत किन्ने दसी। फिर ओनू उत्थे दसना पिया, दसना पिया। फिर उन्होंने भी कहा असं भी उन्होंने को चलने कि अज कोई साड़ी भी खैर रखने वाला इस दुनिया से है। तो फिर जो नुकसान हो गया सी वो कह लगा कि मैं 15 रुपए देना हाँ, लेकिन 15 रुपए उन्होंने नहीं लिते। सतगुरां कोल आ गए तो ये विचार होया कि जी मैं सानू जिन्हों का नुकसान हो गया कि जमींदारा का 2 रुपए दे, हूँ मूल चंद कहता है कि 2 रुपए तो थोड़े न। फैसला सतगुरां ने 5 से कर दिता। उन्हें कह जी जिस तरह आप जी का होगा, साकी च लिखा है कि उस टाइम सतगुरां ने जदों मूल चंद नूं भी नाम दिता ते उन्हां मुसलमानां नूं भी नाम दे के अपना बनाया। ऐसी बख्शिश हुई ते उहदे जीवन अंदर फिर एक यह बदलाव आया। जिस साकी नूं असीं अगे शुरू करना चाहते सां कि सतगुरां दी शरण आया, भाई साहब शब्द पढ़ रहे सानू कि सतगुर आए और शरण पुकारी, मिले सूत नाम हर सोभा जिंदा लाए हमारी। और बेफिक्रियां कदों ने जदों मालक दे चरणा में पहुंचा। हुण कुछ दिनों बाद सतगुर संता साहब जी दे चरणा में कुछ शरीर भाई मूल चंद, भाई जवाहरा जी, भाई हीरा जी, भाई गुरमुख सिंह जी इन्हें पूछे तो सतगुरां के चरणा में बेनती करने लगे कि सच्चे पातशाह असी पेशावर जा रहे हाँ, कुछ कम होवे तो आप जी भी दसो, तो नाल आप जी को इजाजत लैके तो असी पेशावर बाजार व्यापार करने जा रहे हाँ। उठे जी नाल बैठा सी भाई सुधा, वो सतगुर नारायण दास साहब जी ने घरों में फसाया गया, उन्हें मखोल कर दिती कि जी ये कोई मूल चंद जरा चोरिया करता सी, सतगुरां ने वो ज्यादा गलत नहीं की। लेकिन वो आ गया लैके उधरों चले गए, लेकिन कहने हूँ जदों व्यापार करने गए तो जदों वो वापस आ रहे हैं, वापस आ रहे हैं तो जिन्हें बैठर थे वो कि जानवर ही साधन होते सन जिन्हों को समान धोया जाता है, जिन्हें बैठर से समान लद्या गया है। हूँ उसके उत्ते जदों मूल चंद का समान जिस बैठक से लद्या है तो वो बराबर करके पाया, लेकिन जदों वो कुछ दूर चलता है बैठक से वो जरा पार है एक पासे हो जाता है, फिर थोड़ी दूर जाता है तो एक पासे हो जाता है, फिर उसको बराबर करने वास्ते थोड़ा जहा कहना वजन पाई ताकि ये ठीक हो गए। लेकिन कुछ दूर तक गए
ਤੇ ਕਹਿੰਦਾ ਮੈਂ ਭਾਈ ਮੂਲ ਸਿੰਘ ਨੂੰ ਚੈਨ ਨਾ ਆਇਆ, ਪਤਾ ਲੱਗਿਆ ਭਾਈ ਉਹ ਇੱਥੇ ਰੁਕ ਜਾਓ, ਪਹਿਲੇ ਮੈਂ ਚੈੱਕ ਕਰ ਲਵਾਂ ਕਿ ਸਮਾਨ ਇਹ ਵਾਰ ਵਾਰ ਉੱਤੇ ਥੱਲੇ ਕਿਉਂ ਹੋ ਰਿਹਾ, ਚੀਜ਼ ਤੇ ਬਰਾਬਰ ਲਿੱਤੀ ਸੀ ਤੇ ਬਰਾਬਰ ਪਾਈ ਹੈ ਤੇ ਫਿਰ ਇੱਕ ਪਾਸੇ ਕਿਉਂ ਜਾ ਰਹੀ ਹੈ। ਉਸ ਟਾਈਮ ਕਹਿੰਦਾ ਉੱਥੇ ਜਦੋਂ ਉਹਨੂੰ ਤੋਲਿਆ ਗਿਆ ਤੇ ਕਿਆ ਹੋਇਆ ਕਿ ਇੱਕ ਧੜੀ ਬਦਾਮ ਵੱਧ ਆ ਗਿਆ ਤੇ ਰਸਤੇ ਵਿੱਚ ਹੀ ਮੂਲ ਚੰਦ ਕਹਿੰਦਾ ਹੈ ਆਪਣੇ ਸਾਥੀਆਂ ਨੂੰ ਜਿਹੜੇ ਸਾਥੀ ਨਾਲ ਸਨ ਕਿ ਤੁਸੀਂ ਮੇਰੇ ਵੈਟਰ ਲੈ ਲਓ ਤੇ ਮੈਂ ਇਹ ਪੇਸ਼ਾਵਰ ਮੋੜ ਕੇ ਆਉਣਾ, ਅਗਰ ਤੁਸੀਂ ਮੇਰੇ ਵੈਟਰ ਲੈ ਲਓ ਤਾਂ ਤੁਹਾਡੀ ਮਿਹਰਬਾਨੀ, ਨਹੀਂ ਤਾਂ ਮੈਂ ਵੈਟਰ ਵੀ ਨਾਲ ਵਾਪਸ ਲੈ ਜਾਣਾ। ਲੇਕਿਨ ਸਾਥੀਆਂ ਨੇ ਉਹਨਾਂ ਦੀ ਗੱਲ ਮੰਨ ਲਿੱਤੀ, ਵੈਟਰ ਤੇ ਉਹ ਲੈ ਗਏ। ਜਦੋਂ ਵੈਟਰ ਲੈ ਕੇ ਸਤਿਗੁਰ ਸੰਤਾ ਸਾਹਿਬ ਜੀ ਦੇ ਚਰਨਾਂ ਵਿੱਚ ਪੁੱਜਿਆ ਤੇ ਉੱਥੇ ਜਦੋਂ ਮੱਥਾ ਟੇਕਿਆ ਭਾਈ ਗੁਰਾ ਜੀ ਨੇ, ਭਾਈ ਹੀਰਾ ਜੀ ਨੇ, ਭਾਈ ਗੁਰਮੁਖ ਸਿੰਘ ਜੀ ਨੇ ਤੇ ਸੱਚੇ ਪਾਤਸ਼ਾਹ ਨੇ ਪੁੱਛ ਲਿੱਤਾ ਸਤਿਗੁਰ ਸੰਤਾ ਸਾਹਿਬ ਜੀ ਨੇ ਗਏ ਤੇ ਤੁਸੀਂ 400, ਤੀਸਰਾ ਤਿੰਨ ਆਏ ਹੋ, ਚੌਥਾ ਤੁਹਾਡਾ ਸਾਥੀ ਤੇ ਉਹਨਾਂ ਨੇ ਫਿਰ ਉਹ ਦੱਸੀ ਸੱਚੇ ਪਾਤਸ਼ਾਹ ਕਿ ਇਹ ਜਿਹੜੀ ਇੱਕ ਵੰਡ ਜਿਹੜੀ ਇੱਕ ਘੜੀ ਸੀ, ਅਸੀਂ ਉਹਨੂੰ ਬਹੁਤ ਸਮਝਾਇਆ ਕਿ ਅਗਲੀ ਵਾਰ ਦੇ ਲਿਆਵਾਂਗੇ, ਲੇਕਿਨ ਉਹ ਇਸ ਗੱਲ ਨੂੰ ਕਹਿੰਦਾ ਨਹੀਂ, ਮੈਂ ਅਗਲਿਆਂ ਦੀ ਅਮਾਨਤ ਉਹਨਾਂ ਨੂੰ ਪਹੁੰਚਾ ਕੇ ਆਉਣੀ ਹੈ, ਇਸ ਮਨ ਦਾ ਕੀ ਭਰੋਸਾ, ਇਹ ਕਦੋਂ ਪਲਟੀ ਮਾਰ ਜਾਵੇ, ਮੈਂ ਘਰ ਚੀਜ ਲੈ ਜਾਵਾਂ ਮੇਰੀ ਨੀਅਤ ਤੋੜ ਜਾਵੇ ਤੇ ਨਾਲੇ ਜਿਹੜੇ ਸਤਿਗੁਰਾਂ ਨਾਲ ਵਚਨ ਕੀਤੇ ਹੋਏ ਨੇ ਉਹਨਾਂ ਵਚਨਾਂ ਦਾ ਕੀ ਹੋਏਗਾ ਅਗਰ ਚੀਜ਼ ਮੈਂ ਪਰਾਈ ਆਪਣੇ ਘਰ ਲੈ ਕੇ ਆਵੇ। ਉਸ ਟਾਈਮ ਤੇ ਵੀ ਕਹਿੰਦੇ ਨੇ ਤਫਾਕ ਦੀ ਗੱਲ, ਭਾਈ ਸੁੰਦਰਾ ਉੱਥੇ ਬੈਠਾ ਸੁਣ ਰਿਹਾ ਤੇ ਉਹਨੂੰ ਇਸ ਗੱਲ ਦਾ ਫਿਰ ਬੜਾ ਪਛਤਾਵਾ ਹੋਇਆ ਕਿ ਮੈਂ ਗੱਲ ਕਿਉਂ ਕੀਤੀ ਕਿ ਬਈ ਇੱਕ ਜੀਵਨ ਸਤਿਗੁਰਾਂ ਦੇ ਚਰਨਾਂ ਵਿੱਚ ਆਉਣ ਤੋਂ ਬਾਅਦ ਕਿਸ ਤਰ੍ਹਾਂ ਬਦਲ ਗਿਆ, ਉਹ ਫਿਰ ਜੀਵਨ ਜਿਹੜਾ ਸੀ ਇੱਕ ਸਤਿਗੁਰ ਦੀ ਨਿਗਾਹ ਪਈ। ਅੱਜ ਦੇਖੋ ਜਿੱਥੇ ਸਤਿਗੁਰ ਸੰਤਾ ਸਾਹਿਬ ਜੀ ਦੀਆਂ ਸਾਖੀਆਂ ਅਸੀਂ ਯਾਦ ਕਰ ਰਹੇ ਹਾਂ ਤੇ ਭਾਈ ਊਣ ਸਿੰਘ ਨੂੰ ਵੀ ਯਾਦ ਕਰ ਰਹੇ ਹਾਂ। ਜੀਵਨ ਪਤਾ ਜੋ ਵੀ ਸੀ ਲੇਕਿਨ ਜਨਮ ਸੰਗਤ ਵਿੱਚ ਆ ਕੇ ਤੇ ਸਤਿਗੁਰਾਂ ਦੇ ਚਰਨਾਂ ਚ ਆ ਕੇ ਜਨਮ ਕੋਟ ਭਰਾ ਸਾਧ ਸੰਗ ਮਿਲੇ ਸੰਤ ਕਿਰਪਾ ਤੇ ਜਮਦੇ ਤੇ ਜਮ ਕੀ ਬੀਜਿਆਂ ਜੀ ਤੇ ਇਹ ਜਮ ਨੇ ਤਾਂ ਕਿ ਆਦਮੀ ਨੂੰ ਲਾਲਚ ਮਾਰਦੀ ਨਹੀਂ, ਅਸੀਂ ਮਕਾਰੀਆਂ ਕਰ ਜਾਂਦੇ ਹਾਂ, ਧੋਖੇ ਕਰ ਜਾਂਦੇ ਹਾਂ, ਇਹ ਸਾਰੇ ਜਮ ਹੀ ਨੇ ਨਾ ਜਿਹਨਾਂ ਨੇ ਸਾਨੂੰ ਫਸਾਇਆ ਹੋਇਆ ਹੈ। ਸਵਾਰਥੀ ਬੰਦੇ ਹਾਂ, ਆਪਣੇ ਸਵਾਰਥ ਪਿੱਛੇ ਦੂਸਰਿਆਂ ਨੂੰ ਨੁਕਸਾਨ ਦਿੰਦੇ ਹਾਂ। ਇਹ ਗੁਰੂ ਮਹਾਰਾਜ ਨੇ ਐਸੀ ਬਖਸ਼ਿਸ਼ ਤੇ ਫਿਰ ਉਸ ਟਾਈਮ ਭਾਈ ਸੁੰਦਰੇ ਨੇ ਸਤਿਗੁਰਾਂ ਕੋਲੋਂ ਪੁੱਛਿਆ ਕਿ ਵੀ ਐਸਾ ਕੋਈ ਸਿੱਖ ਹੋਰ ਵੀ ਹੈ ਤੇ ਫਿਰ ਗੁਰੂ ਨਾਨਕ ਪਾਤਸ਼ਾਹ ਦੀ ਸਾਖੀ ਜਿਹੜੀ ਆਪ ਜੀ ਉਹਦੇ ਕੋਲ ਭੂਮੀ ਤੋਰ ਉਹ ਸਾਖੀ ਦਾ ਫਿਰ ਖੁੱਦੇ ਵਰਣਨ ਭੂਮੀ ਦਾ ਵਰਣਨ ਅੱਗੋਂ ਚੱਲਿਆ। ਹੁਣ ਇਹ ਜ਼ਿਕਰ ਕਰ ਰਹੇ ਸਨ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਪੁਰਬ ਚੱਲ ਰਿਹਾ ਹੈ ਤੇ ਉਹ ਕਰੇ ਭੂਮੀਆਂ, ਕਿਉਂਕਿ ਸਾਰਿਆਂ ਨੇ ਭੂਮੀਆਂ ਦੀ ਸਾਖੀ ਸੁਣੀ, ਲੇਕਿਨ ਇੱਕ ਗੱਲ ਅਸੀਂ ਇਸ ਗੱਲ ਨੂੰ ਜਾਣੀਏ, ਭੂਮੀਆਂ ਵੀ ਚੋਰ ਹੋਇਆ, ਸਾਖੀ ਬਹੁਤ ਵੱਡੀ ਹੈ ਲੇਕਿਨ ਸਮਝੀਏ ਅੱਜ ਦਿੱਤੇ 550 ਸਾਲ ਮਨਾਵਾਂਗੇ ਆਪਣੇ ਮਾਲਕ ਦਾ, ਅੱਜ ਭੂਮੀਆਂ
ਭਾਵੇਂ ਮਿਸਾਲ ਦੇਣ ਵਾਸਤੇ ਦੌਰ ਕਿਹਾ ਜਾਂਦਾ, ਲੇਕਿਨ ਵਚਨ ਕਮਾਇਆ, ਸਤਿਗੁਰਾਂ ਦਾ ਵਚਨ ਕਮਾਇਆ। ਅੱਜ ਅਗਰ ਇਸ ਗੱਲ ਨੂੰ ਯਾਦ ਕਰੀਏ ਕਿ 500 ਸਾਲਾਂ ਵਿੱਚ ਕਿੰਨੇ ਵੱਡੇ ਲੋਕ ਹੋਏ ਹੋਣਗੇ, ਕਿੰਨੇ ਰਾਜੇ ਹੋਣਗੇ, ਕਿੰਨੇ ਮਹਾਰਾਜੇ ਹੋਏ ਹੋਣਗੇ, ਕਿਸੇ ਦਾ ਨਾਮ ਸਾਨੂੰ ਚੇਤੇ ਨਹੀਂ ਕਰਨਾ, ਕਿ ਉਸ ਗੁਰਸਿੱਖ ਦਾ ਨਾਮ ਉਹ ਕਮਾਈ ਕੀ ਕਰ ਗਿਆ ਕਿ ਆਪਣੇ ਮਾਲਕ ਦੇ ਵਚਨ ਕਮਾ ਕੇ। ਜਦੋਂ ਸਤਿਗੁਰਾਂ ਨੇ ਉਹਨਾਂ ਨੇ ਕਿਹਾ ਨਾ ਕਿ ਮੈਨੂੰ ਆਪਣਾ ਬਣਾ ਲਓ, ਤੇ ਤਾਂ ਵੀ ਇਸੇ ਨਤੀਜਾ ਹੀ ਅੱਗੇ ਆਈਆਂ ਸਨ ਰਹਿਣਗੀਆਂ ਕਿ ਪਰ ਅੰਤ ਤੋਂ ਬਚੋ, ਪਰ ਧੰਮ ਤੋਂ ਬਚੋ, ਪਰ ਧੰਮ ਤੋਂ ਬਚੋ। ਅਤੇ ਭੂਮੀਆ ਕਹਿਣ ਲੱਗਾ ਕਿ ਦੋ ਤਾਂ ਮੈਂ ਕਰ ਨਹੀਂ ਸਕਦਾ, ਇੱਕ ਚੀਜ਼ ਤੋਂ ਮੈਂ ਬਚਾਅ ਕਰ ਲੈਂਦਾ, ਲੇਕਿਨ ਪਰ ਧੰਮ ਅਤੇ ਪਰ ਧੰਮ ਤਾਂ ਬੜਾ ਔਖਾ ਹੈ, ਕਿਉਂਕਿ ਮੇਰਾ ਤਾਂ ਜੀਵਨ ਹੀ ਸਾਰਾ ਇਸ ਉੱਤੇ ਟਿਕਿਆ। ਲੇਕਿਨ ਇਸ ਗੱਲ ਨੂੰ ਸਮਝਣਾ ਕਿ ਤਿੰਨ ਸ਼ਰਤਾਂ ਸਤਿਗੁਰਾਂ ਨੇ ਉਸ ਟਾਈਮ ਭੂਮੀ ਨੂੰ ਹੋਰ ਦਿੱਤੀਆਂ, ਉਹ ਭੂਮੀ ਵਾਸਤੇ ਨਹੀਂ ਹੋਣੀ। ਅਸੀਂ ਵੀ ਸਾਰੇ ਜੋ ਭੂਮੀਆਂ ਪਿਛਲੇ ਜੀਵਨ ਹੀ ਸੀ ਨਾ, ਸਮਝ ਲਓ ਅਸੀਂ ਵੀ ਸਾਰੇ ਉਸੀ ਕੈਟੇਗਰੀ ਵਿੱਚ ਆਉਂਦੇ ਹਾਂ। ਨਾਮ ਤਾਂ ਆਏਗਾ ਜੇ ਅਸੀਂ ਉਹਨਾਂ ਦੇ ਜਿਹੜੀ ਰਾਹ ਸਤਿਗੁਰਾਂ ਨੇ ਦੱਸੀ ਉਸ 'ਤੇ ਚੱਲਾਂਗੇ, ਉਹਨਾਂ ਦੇ ਵਚਨ ਕਮਾਵਾਂਗੇ। ਤਿੰਨ ਸ਼ਰਤਾਂ ਉਸ ਟਾਈਮ ਗਈਆਂ ਜਿਹੜੀਆਂ ਸਾਡੇ ਲੋਕਾਂ ਨੂੰ, ਤਿੰਨ ਤਾਂ ਸ਼ਰਤਾਂ ਹੈ ਹੀ ਨੇ, ਇਹ ਤਿੰਨ ਵੀ ਆਪਣੇ ਜੀਵਨ ਵਿੱਚ ਜ਼ਰੂਰ ਅਪਣਾਉਣੀਆਂ ਨੇ ਕਿ ਸਦਾ ਸੱਚ ਬੋਲੋ, ਜਿਸਦਾ ਨਮਕ ਖਾਓ ਉਹਦੇ ਨਾਲ ਨਮਕ ਹਰਾਮੀ ਨਾ ਕਰੋ, ਅਤੇ ਕਿਸੇ ਗਰੀਬ ਨਾਲ ਪਿਆਰ ਚਾਰ ਨਾ ਕਰੋ ਤੁਸੀਂ ਗਰੀਬ ਦੇ। ਜੇ ਤਿੰਨ ਚੀਜ਼ਾਂ ਉਸ ਟਾਈਮ ਗਈਆਂ ਅਤੇ ਉਹ ਭੂਮੀਆਂ ਨੇ ਫਿਰ ਉਹ ਵਚਨ ਮੰਨੇ, ਅਤੇ ਫਿਰ ਕਹਿੰਦੇ ਜਿਹੜੀ ਸਜ਼ਾ ਰਾਜੇ ਦੀ ਸੀ, ਲੇਕਿਨ ਜੋ ਉਹਨੇ ਕੰਮ ਕੀਤਾ ਸੀ ਚੋਰੀ ਨਾਲ ਡਾਕੇ ਦਾ, ਉਹ ਸਜ਼ਾ ਮੌਤ ਸੀ, ਮੌਤ ਤਾਂ ਨਾ ਮਿਲੀ ਭੂਮੀਆਂ ਨੂੰ, ਲੇਕਿਨ ਸਤਿਗੁਰਾਂ ਦੇ ਵਚਨ ਮੰਨ ਕਰਕੇ ਰਾਜੇ ਨੂੰ ਸਮਝ ਆ ਗਈ ਕਿ ਇੱਕ ਚੋਰੀ ਦੇ ਤਰ੍ਹਾਂ ਬਦਲਾਵ ਆ ਗਿਆ ਹੈ, ਅਤੇ ਜਿਹਨੇ ਆਪਣੀ ਜਾਨ ਦੀ ਪਰਵਾਹ ਨਾ ਕੀਤੀ ਅਤੇ ਸੱਚ ਕਹਿ ਦਿੱਤਾ, ਅਤੇ ਉਹ ਫਿਰ ਸੱਚ ਦੱਸਿਆ ਅਤੇ ਉਹਨੂੰ ਦਰਬਾਰ ਵਿੱਚ ਵੱਡਾ ਵਜ਼ੀਰ ਬਣਾ ਦਿੱਤਾ ਗਿਆ। ਹੁਣ ਇਸ ਗੱਲ ਨੂੰ ਜਾਣਨਾ ਕਿ ਇਹ ਸਤਿਗੁਰਾਂ ਦੀਆਂ ਕਿੰਨੀਆਂ ਬਰਕਤਾਂ ਕਿ ਵਚਨ ਮੰਨਣ ਨਾਲ, ਕਿ ਜਿਹੜੀਆਂ ਇੱਥੇ ਸਾਖੀਆਂ ਹੁੰਦੀਆਂ ਨੇ ਨਾ, ਇਹ ਜਿਹੜੇ ਅਸੀਂ ਕੀਰਤਨ ਕਰਨਾ ਹੈ, ਇਹ ਵੀ ਕੀਰਤਨ ਦਰਬਾਰ ਲੱਗਿਆ ਹੈ ਕਦੋਂ ਵੀ ਅੰਮ੍ਰਿਤ ਵੇਲੇ ਰੋਜ਼ ਹਾਜ਼ਰੀਆਂ ਪੜ੍ਹਦੇ ਹੋ ਆਪ ਸਾਰੇ, ਸਾਖੀਆਂ ਰੋਜ਼ ਨਹੀਂ ਹੁੰਦੀਆਂ, ਉਹ ਸਾਖੀਆਂ ਨੂੰ ਇਹੋ ਜਾਣੋ ਕਿ ਉਹ ਸਾਰੇ ਜਿਹੜੇ ਸਾਖੀਆਂ ਹੁੰਦੀਆਂ ਨੇ ਨਾ, ਉਹ ਸਾਡੇ ਮਾਲਕਾਂ ਦੇ ਵਚਨ ਨੇ, ਉਹ ਸਾਡੇ ਵਾਸਤੇ ਹੁਕਮ ਹੈਗਾ ਜਿਹਨੂੰ ਅਸੀਂ ਮੰਨਣਾ ਹੈਗਾ। ਇੱਧਰ ਅਸੀਂ ਆਏ ਹਨ ਅੱਜ ਇਹ ਮਿਲ ਕੇ ਅਸੀਂ ਕਿ ਕਮੀਆਂ ਫਿਰ ਵੀ ਬਥੇਰੀਆਂ ਹੋਣਗੀਆਂ ਤਾਂ ਯੁਗੀ ਜੀ ਹਨ, ਲੇਕਿਨ ਗੁਰੂ ਮਹਾਰਾਜ ਸਦਾ ਹੀ ਬਖਸ਼ਣ ਹਾਰੇ, ਕੋਈ ਐਸੀ ਭੁੱਲ ਨਾ ਕਰੀਏ ਕਦੇ ਬਖਸ਼ਵਾਣੀ ਪੈ ਜਾਵੇ ਤਾਂ ਸੰਗਤ ਵਿੱਚ ਲੋਕ ਕੇ ਅਸੀਂ ਮੂੰਹ ਦੇਣ ਜੋਗੇ ਸੰਗਤ ਵਿੱਚ ਵੀ ਨਾ ਹੋਈਏ। ਐਸੀ ਬਖਸ਼ਿਸ਼ ਗੁਰੂ ਮਹਾਰਾਜ ਵੱਲੋਂ ਮੰਗੀਏ ਕਿ ਪਾਤਸ਼ਾਹ ਅਮਲ ਕਰਦੇ ਆਪ ਯਤਨ ਕਰੀਏ ਐਸਾ ਕਿ ਆਪ ਦੀ ਕਿਰਪਾ ਕਰੋ ਕਿ ਉਹ ਜਿਹਾ ਰਸਤਾ ਸਾਨੂੰ ਮਿਲੇ ਹੀ ਨਹੀਂ, ਆਪ ਦੀ ਆਪਣੇ ਬੱਚਿਆਂ ਨੂੰ ਜਿਸ ਤਰ੍ਹਾਂ ਜੋ ਰਾਹ ਦਿਖਾਈ ਹੈ ਜਿਸ 'ਤੇ ਆਪ ਚਲਾ ਰਹੇ ਹੋ, ਚੱਲ ਕੇ ਅਸੀਂ ਲੋਕ ਆਪਣਾ ਨਿਰਵਾਹ ਕਰ ਰਹੇ ਹਾਂ, ਸੱਚੀ ਅਤੇ ਸੁੱਚੀ ਕਮਾਈ ਆਪ ਦੀ ਬਖਸ਼ੋ, ਆਪਣਾ ਮੇਰ ਭਰਿਆ ਬਖਸ਼ਿਸ਼ ਭਰਿਆ ਸਮੂਹ ਸੰਗਤ ਦੇ ਰੱਖੋ, ਜਿਸ ਤਰ੍ਹਾਂ ਸਮਝਾਉਣੀਆਂ ਸੱਚੇ ਪਾਤਸ਼ਾਹ ਸਾਨੂੰ ਦਿੰਦੇ ਸਨ, ਚੱਲ ਕੇ ਅਸੀਂ ਆਪਣਾ ਜੀਵਨ ਸਵਾਰ ਸਕੀਏ। ਇਹ ਉਪਰਾਲੇ ਜਿਹੜੇ ਹੋ ਰਹੇ ਨੇ ਇਹ ਇਸੇ ਵਾਸਤੇ ਹੋ ਰਹੇ ਕਿ ਸਾਡਾ ਸੰਗਤਾਂ ਦਾ ਪਿਆਰ ਹੋਵੇ। ਮਹਾਰਾਸ਼ਟਰ ਤੋਂ ਜਿਸ ਤਰ੍ਹਾਂ ਦੱਸਿਆ ਜੀ ਨੇ ਜ਼ਿਕਰ ਕੀਤਾ ਨਾ ਕਿ ਸ਼ੁਰੂ ਕੀਤਾ ਸੀ ਪ੍ਰੋਗਰਾਮ, ਹਾਲੇ ਅੱਜ ਹੁਣ 6ਵਾਂ ਮਹੀਨਾ ਹੀ ਚੱਲ ਰਿਹਾ ਹੈ, ਵੇਖ ਰਹੇ ਹਾਂ ਕਿ ਸੰਗਤ ਇੱਕ ਨਿਰੰਤਰ ਵਾਧਾ
ਉਹਦੇ ਵਿੱਚ ਇੱਕੋ ਹੀ ਮਨ ਵਿੱਚ ਵਿਚਾਰ ਆਇਆ ਕਿ ਸੰਗਤ ਦੂਰੋਂ ਦਰੇੜੀਆਂ ਆਉਂਦੀ ਹੈ, ਕਿੰਨੀਆਂ ਸੰਗਤਾਂ ਐਸੀਆਂ ਹੁੰਦੀਆਂ ਜਿਹਨਾਂ ਨਾਲ ਪਛਾਣ ਨਹੀਂ ਹੋ ਪਾਉਂਦੀ। ਅਤੇ ਸਾਡਾ ਸਭ ਦਾ ਫਲ ਇਹ ਹੀ ਬਣਦਾ ਹੈ ਕਿ ਅਸੀਂ ਜਦੋਂ ਸੰਗਤ ਵਿੱਚ ਆਈਏ ਅਤੇ ਨਾਲ ਜਿਹੜਾ ਸਾਡੇ ਬੈਠਾ ਹੋਵੇ ਗਿਰਦ ਗਿਰਦ, ਅਗਰ ਨਹੀਂ ਪਛਾਣਦੇ ਤਾਂ ਜ਼ਰੂਰ ਉਹਨਾਂ ਨਾਲ ਇੱਕ ਆਪ ਆਵਾਜ਼ ਮਾਰ ਲਈ, ਅਗਰ ਉਹ ਸੰਕੋਚ ਕਰ ਰਿਹਾ ਇਹ ਪੁੱਛ ਲਈਏ ਵੀਰ ਜੀ ਤੁਸੀਂ ਕਿੱਥੋਂ ਆਏ। ਅਤੇ ਸਿਰਫ ਜਿਹੜਾ ਪਿਆਰ ਦੀ ਸੰਗਤ ਵਿੱਚ ਆਇਆ ਹੈ ਨਾ, ਅਤੇ ਸਮਝੋ ਤੁਹਾਨੂੰ ਕੁਝ ਉਹ ਵਾਧਾ ਹੀ ਦੇ ਕੇ ਜਾਏਗਾ। ਇਹਦੇ ਲਿਖਿਆ ਨਾ ਅਮਰੀ ਦੇਵਾ ਏਕ ਪ੍ਰਭ ਅਰਗੇ ਹੁਣ ਅਗਮ ਕਰਤਾ, ਮਤਲਬ ਕਿ ਸਾੜੀ ਨਹੀਂ ਗੀਤ ਅਤੇ ਉਹਦੇ ਵਿੱਚ ਪਤਾ ਹੀ ਨਹੀਂ ਗੁਣਾਂ ਦਾ। ਗੁਣਾਂ ਦਾ ਮਤਲਬ ਗੁਣ ਵੀ ਹੋ ਗਏ ਤੇ ਗੁਣਾਂ ਨਾਲ ਗੁਣਾਂ ਹੀ ਕਰਦੇ ਜਾਓ, ਲਿਮਿਟੀ ਨੇ। ਇੱਥੇ ਜਿੱਥੇ ਅਸੀਂ ਬੈਠੇ ਹਾਂ ਮੈਂ ਸਮਝਦਾ ਸਾਰਿਆਂ ਨਾਲ ਇਤਨਾ ਕਦੇ ਨਾ ਕਦੇ ਜ਼ਰੂਰ ਕੀਤੀ ਹੋਈ, ਅਤੇ ਸਾਰੀਆਂ ਚੀਜ਼ਾਂ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ। ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਸੰਗਤ ਦੇ ਅੰਦਰ ਐਸੀ ਸੰਗਤ ਹੁੰਦੀ ਹੈ ਕਈ ਵਾਰ ਸੰਕੋਚ ਕਰਦਾ ਹੈ, ਬਹੁਤ ਕੁਛ ਉਹਨਾਂ ਨਾਲ ਕੀਤਿਆਂ ਹੁੰਦਾ ਹੈ, ਲੇਕਿਨ ਕਹਿੰਦੇ ਸਾਨੂੰ ਸ਼ਰਮ ਆਉਂਦੀ ਹੈ, ਝਾਕਾ ਹੈ, ਉਹ ਸਾਂਝੀਆਂ ਨਹੀਂ ਹੋ ਪਾਉਂਦੀਆਂ ਗੁਰੂ ਦੀਆਂ ਬਖਸ਼ਿਸ਼ਾਂ। ਲੇਕਿਨ ਕਹਿੰਦੇ ਜਦੋਂ ਉਹਦੇ ਕੋਲ ਬੈਠਾਂਗੇ ਨਾ ਤਾਂ ਕੋਈ ਨਾ ਕੋਈ ਗੱਲ ਉਹ ਸੁਣਾ ਦੇ, ਉਹ ਜਿਹੜੀ ਗੱਲ ਸੁਣਾ ਦੇਗਾ ਨਾ ਜੋ ਕਹਿੰਦੇ ਘੱਟ ਤੋਂ ਘੱਟ ਉਹਦੇ ਕੋਲੋਂ ਤਾਂ ਨਿਕਲ ਹੀ ਨਹੀਂ ਆਈ, ਅਤੇ ਦੂਸਰੇ ਤੱਕ ਜਦੋਂ ਪਹੁੰਚ ਗਈ ਤਾਂ ਫਿਰ ਉਹ ਦੂਸਰੇ ਤੱਕ ਕਹਿੰਦੇ ਕੋਈ ਗੱਲ ਪਹੁੰਚ ਜਾਵੇ ਆਪਣੇ ਅੰਦਰੋਂ ਨਿਕਲੇ ਅਤੇ ਫਿਰ ਕਹਿੰਦੇ ਦੂਸਰੇ ਕੋਲੋਂ ਪਹੁੰਚੀ ਅਤੇ ਫਿਰ ਉਹ ਤੀਸਰੇ ਕੋਲ ਵੀ ਪਹੁੰਚ ਜਾਏਗੀ। ਅਤੇ ਉਹ ਬਖਸ਼ਿਸ਼ਾਂ ਜਿਹੜੀਆਂ ਸਤਿਗੁਰਾਂ ਦੀਆਂ ਨੇ ਉਹ ਫਿਰ ਸੰਗਤ ਦੀ ਵਰਤੀ ਜਾਂਦੀਆਂ। ਇਹ ਪਤਾ ਚੱਲਦਾ ਹੈ ਕਿ ਆਦਮੀ ਫਿਰ ਉਹ ਬਖਸ਼ਿਸ਼ ਜਦੋਂ ਸੁਣਾਉਂਦਾ ਹੈ ਤਾਂ ਕਰਦਾ ਹੈ। ਐਸੀ ਕਿਰਪਾ ਗੁਰੂ ਮਹਾਰਾਜ ਕੋਲੋਂ ਅਸੀਂ ਮੰਗੀਏ, ਇਹ ਜਿਹੜਾ ਸਾਡਾ ਪਿਆਰ ਹੈ ਇਹਦੇ 'ਚ ਹੋਰ ਵਾਧਾ ਹੋਵੇ, ਅਤੇ ਅੱਗੋਂ ਵੱਡੇ ਸਮਾਗਮ ਵੀ ਸ਼ੁਰੂ ਹੋਣੇ ਨੇ ਅਤੇ ਜੂਨ ਤੱਕ ਤਾਂ ਪ੍ਰੋਗਰਾਮ ਸਭ ਹੁਣ ਜੁਲਾਈ ਦਾ ਸਮਝੋ ਇੱਕ ਮਹੀਨਾ ਹੋਰ, ਜਿਹੜਾ 23 ਤਰੀਕ ਆਉਣਾ ਹੈ ਜੁਲਾਈ ਦਾ, ਆਪਣ ਵਿਖੇ ਮਹਾਂਯੰਤੀ ਆਰੰਭਤਾ ਹੋ ਜਾਣੀ। ਉਹਦੇ ਵਿੱਚ ਵੀ ਅਸੀਂ ਯਤਨ ਕਰੀਏ ਕਿ 22 ਤਰੀਕ ਇਤਵਾਰ ਦਾ ਦਿਨ ਪੈ ਰਿਹਾ, ਸੰਗਤਾਂ ਵੱਧ ਚੜ ਕੇ ਉੱਥੇ ਹਾਜ਼ਰੀਆਂ ਪਾੜਨ, ਸਵੇਰੇ 23 ਤਰੀਕ ਮਹਾਂਯੰਤ ਵਿੱਚ ਅਸੀਂ ਸਾਰੇ ਵੱਧ ਚੜ ਕੇ ਹਿੱਸਾ ਪਾਈਏ, ਅਤੇ ਨਾਲ ਕੀ ਇਹ ਯਤਨ ਕਰਾਂਗੇ ਅੱਗੇ ਇਹ ਜਿਹੜੇ ਗੁਰਪੁਰਬਾਂ ਦੇ ਦਿਨ ਨੇ ਹਫ਼ਤੇ ਵਾਰ ਇੱਕ ਦਿਨ ਨਿਯਤ ਕਰਕੇ ਜਿਹੜਾ ਵੀ ਸੰਗਤ ਵਾਸਤੇ ਸਹੂਲੀਅਤ ਹੋਵੇਗਾ ਅਨਾਊਂਸ ਕਰ ਦਿਆਂਗੇ ਕਿ ਹਰ ਹਫ਼ਤੇ ਇੱਕ ਦੀਵਾਨ ਅਸੀਂ ਹਾਕੜ ਵੀ ਲਾਈਏ। ਜਿਸ ਨਾਲ ਪਹਿਲੇ ਵੀ ਹੋਇਆ ਹੈ ਕਿ ਅਸੀਂ ਕਰਤਾ ਇਹ ਬੇਨਤੀ ਕੀਤੀ ਕਿ ਲੋਕ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਨੇ ਅਤੇ ਕਹਿੰਦੇ ਚਲੋ 2-4 ਦਿਨ ਪਹਾੜਾਂ 'ਤੇ ਲਾਈ, ਅਤੇ ਸੰਗਤ ਵਿੱਚ ਬੇਨਤੀ ਕੀਤੀ ਸੀ ਕਿ ਵੀ ਕੁਛ ਇਹੋ ਜਿਹਾ ਵੀ ਯਤਨ ਰੱਖਿਆ ਕਰੋ ਕਿ ਬੱਚੇ ਸਾਡੀ ਜਿਹੜੀ ਆਉਣ ਵਾਲੀ ਪਰਿਵਾਰੀ ਹੈ ਉਹਨਾਂ ਬੱਚਿਆਂ 'ਚ ਵੀ ਉਤਸ਼ਾਹ ਭਰੀਏ, ਅਤੇ ਜਿਹੜੇ ਛੁੱਟੀਆਂ ਦੇ ਦਿਨ ਨੇ ਜਾਂ ਜਦੋਂ ਵੀ ਆਪਣੇ ਛੁੱਟੀਆਂ ਆਉਂਦੀਆਂ ਨੇ ਅਸੀਂ ਇਹ ਯਤਨ ਕਰੀਏ ਕਿ ਉਹਨਾਂ ਨੂੰ ਇਹ ਕਹੀਏ ਕਿ ਆਓ ਇੱਕ ਦਿਨ ਵਾਸਤੇ ਅਸੀਂ ਬਾਬੇ ਡੇਰੇ ਵੀ ਕਰਦੇ ਹਾਂ ਅਤੇ ਉੱਥੇ ਜਾ ਕੇ ਭੰਡਾਰਾ ਕਰਾਂਗੇ, ਇੱਕ ਦਿਨ ਬਿਤਾਵਾਂਗੇ, ਨਾਮ ਜਪਾਂਗੇ, ਸੰਗਤ ਨਾਲ ਸਾਂਝ ਪਾਵਾਂਗੇ। ਇਹ ਸਾਂਝ ਵੀ ਅਸੀਂ ਨਾਲ ਪਾਣੀ ਹੈ ਆਪਣੇ ਬੱਚਿਆਂ ਨੂੰ ਲਿਜਾ ਕੇ,
ताई ये वादा करना कि इस कालियुग के समय अंदर आप ही देख रहे हो कि बच्चे किस पासे जा रहे हैं, भावे कह सकता है लोग फेसबुक का जमाना है, ट्विटर का जमाना है, व्हाट्सएप का जमाना है, बड़ी अच्छी गल है कितने इन्हों चीज़ों के फायदे ने। और भी देखो टेक्नोलॉजी का ही कमाल है ना, इसके राही संगत देश विदेश के बह के जड़े नहीं पुज रहे उन्होंने भी तुम ये समागम का सीधा प्रसारण पहुँचा रहे हो। लेकिन असी इस फायदे चुकीए नुकसान तो नहीं है, बच्चों को यही समझाना है, यही सिखाना है। गुरु घर में जो आए बच्चे ये जो साखियां उन्होंने समझाइया जाएगी बड़िया सरलता है कि भाई नाम जपने नाल की फायदा है पता चलना चाहिए है बच्चों को। बच्चा जरा होता ना हर टाइम एक किवाड़ रहता है शुरू तो। देखो इस चीज को असी जो समझ चुके हाँ वो अगर लालच करके करिए तो कहने कोई गल है। लेकिन फरीद साहब की भी साखी आ गई कि जो उन्होंने बचपन की अवस्था सी माँ उन्होंने कहती सी कि अल्लाह का नाम लेगा तो किसी मिले तो मिलती थी, एक दिन रखने भी भूल गई। गुरु महाराज ने फिर कृपा करके भी उस दिन भी मिली। उस दिन माता के मन च आया कि मेरे बच्चे का भरोसा टूट जाए। लेकिन उस दिन आप परमात्मा हाजिर होकर उसे रख दिया कि बच्चे का भरोसा ना टूटे। ये भरोसा भी असी बनवाना है बच्चों को तो उसके वास्ते मेहनत भी सानू करनी पैनी है। असी यतन करिए जिते आप असी चुने अपने बच्चों भी इन्होंने प्रोग्राम जोड़िए वादा होवे क्योंकि अज साडा है समझ के असी अज के मालक तब की मालक से आने वाली पुलवारी है। इस गल को इस तरह जान इस गल को अगे वधाना है उस पुलवारी ने अगे वधाना है। साढ़ा तो अज ही आना है कल आना ही नहीं खत्म हो जाना है। कल जरा होगा वह बच्चों का होगा लेकिन उस दिन वो भी समझ जाएंगे जब तक ना समझने तक वो अज अज उस फिर बाद अगर करेंगे तो करेंगे बच्चे संभालेंगे कल जाना तक ये तरीक लगातार जी चेंज साड़ी बनेगी ना बनती कड़ी बनती जाएगी। तो यह जोड़ने का जरा तरीका है असं यतन करिए आप जुड़ा तो अपने बच्चों को जोड़ा तो अगो बच्चे जोड़े तो आने वाले फिर उन्होंने अगर कड़ी ना कड़ी इस चीज को बताइए वादा भाई ने गुरु महाराज जितनी खादड़िया प्रवान करें अगो वो बरकत दे दें वो बख्शिशा दे दें सब ने मिलजुल के उसके हादड़िया भरिया ने हम यह ना समझना कि गुरपुरब को दो महीने रह गए। माता जी जिस तरह सानू समझाया करते सन माता जी के बच्चों कि बच्चों अगर उसे पांच दीवान लगने ना तीन तरीक तो बाद पांच दिन ही रह गए सिर्फ गुरपुरब के ये ना कहना कि पंजाह दिन रह गए तो जो पांच दिन हो गए असं वो भी झोली पाने जो फिर पता नहीं चलना वो जो पंजाह दिन में पांच ही बन के रह जाएंगे तो पता चलेगा कि क्योंकि गुरु महाराज कृपा करें जितनी खादरियाँ प्रवान करें कोई दास वालों कोई जो भूमि हो दास समा का याद है गुरु महाराज वालों कितनी ही करना ही प्रकाश करेंगे अगो आप समझ पड़ते हो और जिस तरह आप जी कराओ उस तरह आप कर सकिए। संबोधन
ਸਰਲਤਾ ਦੇ ਨਾਲ ਸਮਝਾਉਣੀਆਂ ਬਖਸ਼ਿਸ਼ ਕੀਤੀਆਂ। ਹਰ ਪ੍ਰੋਗਰਾਮ ਅਨੁਸਾਰ ਇਹ ਗੱਲ ਵਾਰ ਵਾਰ ਦੁਹਰਾਈ ਜਾ ਰਹੀ ਹੈ ਕਿ ਅਸੀਂ ਭਜਨ ਜਿਸ ਵੇਲੇ ਲੈਂਦੇ ਹਾਂ ਉਸ ਵੇਲੇ ਸਾਧਨਾਂ ਦੇ ਨਾਲ ਸਾਡਾ ਕਮਿਟਮੈਂਟ ਹੁੰਦਾ। ਸਾਧਨੋਂ ਭਜਨ ਤਾਂ ਦਿੰਦੇ ਹਾਂ ਪਹਿਲੇ ਸਾਨੂੰ ਪੱਕਾ ਕਰਦੇ ਹਨ, ਸਾਨੂੰ ਦੇ ਜਾਂਦੇ ਪ੍ਰਬੰਧਕਾਂ ਨੂੰ ਸਤਿਗੁਰਾਂ ਨੇ ਹਿਦਾਇਤ ਦਿੱਤੀ ਹੋਈ ਹੈ ਕਿ ਜਿਸ ਪ੍ਰਾਣੀ ਨੇ ਭਜਨ ਲੈਣਾ ਹੋਵੇ ਪਹਿਲਾਂ ਚੰਗੀ ਤਰ੍ਹਾਂ ਉਹਦਾ ਭਾਂਡਾ ਕੱਪ ਲਿਆ ਕਰੋ। ਇਸ ਘਰ ਦੀ ਪਹਿਲੀ ਸ਼ਰਤ ਇਹ ਹੈ ਕਿ ਅਸੀਂ ਪਿਓਰ ਵੈਜੀਟੇਰੀਅਨ ਹਾਂ, ਉਸੀ ਪ੍ਰਕਾਰ ਦਾ ਅੰਡਾ ਮੀਟ ਮਾਸ ਕੋਈ ਸੇਵਨ ਨਹੀਂ ਕਰਦਾ। ਅਗਰ ਕੋਈ ਕਰਦਾ ਹੈ ਪਰਿਵਾਰ ਸਾਹਿਬ ਸਾਹਿਬ ਮਹਾਰਾਜ ਕਹਿੰਦੇ ਸਨ ਕਿ ਪਹਿਲੇ 6 ਮਹੀਨੇ ਹੁਣ ਇਸ ਤੋਂ ਦੂਰ ਹੋ, ਜੇ ਪੱਕਾ ਹੋ ਸਕਣਾ ਹੈ ਤਾਂ ਫਿਰ ਭਜਨ ਦੇ ਲਈ ਬੇਨਤੀ ਕਰਨੀ ਹੈ। ਇਸ ਘਰ ਦੀ ਨਿਸ਼ਾਨੀ ਹੈ ਕਿ ਹਰ ਪ੍ਰਕਾਰ ਦੇ ਨਸ਼ੇ ਕੋਲੋਂ ਬਚਣਾ ਹੈ। ਇਹ ਸਾਧੂ ਸਾਨੂੰ ਪਹਿਲਾਂ ਪੱਕਾ ਕਰਦੇ ਹਨ ਤਾਂ ਫਿਰ ਭਜਨ ਦੇਣ ਵੇਲੇ ਭਾਂਡਾ ਪਿਓਰ ਹੋ ਗਿਆ, ਫਿਰ ਉਸ ਵੇਲੇ ਹੋਰ 3 ਰਹਿਣੀਆਂ ਸਾਡੀ ਚੋਰੀ ਕਰ ਪਾਉਂਦੇ ਹਨ। ਸਤਿਗੁਰੂ ਸੇਵਾ ਰਾਮ ਸੱਚੇ ਪਾਤਸ਼ਾਹ ਪੰਜਾਬ ਜਾ ਰਹੇ ਸਨ। ਇਹ ਜ਼ਿਕਰ ਆਦਿ ਕਈ ਵਾਰ ਸਾਂਝਾ ਹੋ ਚੁੱਕਿਆ ਹੈ ਲੇਕਿਨ ਫਿਰ ਦੁਹਰਾਈ ਲੋੜ ਹੈ। ਦਾਸ ਸਾਹਿਬ ਮਹਾਰਾਜ ਜੀ ਨਾਲ ਬੈਠਿਆ ਸੀ, ਸਤਿਗੁਰ ਪਾਤਸ਼ਾਹ ਸਤਿਗੁਰ ਸੇਵਾ ਰਾਮ ਜੀ ਅਗਲੀ ਸੀਟ 'ਤੇ ਬੈਠੇ ਸਨ, ਦਾਸ ਪਿਛਲੀ ਸੀਟ 'ਤੇ ਸੀ। ਘਰ ਚੱਲ ਰਹੀ ਸੀ ਤਾਂ ਸਾਹਿਬ ਮਹਾਰਾਜ ਜੀ ਜਿਸ ਗੁਰਸਿੱਖ ਨੂੰ ਕਿਉਂਕਿ ਹੈ ਸੀ ਤਾਂ ਘਰ ਕਿਸੇ ਘਰ ਦਾ, ਲੇਕਿਨ ਉਹਦੀ ਸੰਗਤ ਕਰਕੇ ਵਿਚਾਰ ਖੋਲੇ ਬਦਲ ਗਏ ਸਨ ਉਹਨਾਂ ਦੇ। ਹੁਣ ਸਤਿਗੁਰੂ ਸੇਵਾ ਰਾਮ ਜੀ ਸਮਝਾਉਣ ਦੇ ਲਈ ਦਾਸ ਨੂੰ ਕਹਿੰਦੇ ਹਨ, ਬੱਦਰਾ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪੰਕਤੀ ਆਉਂਦੀ ਹੈ ਤਾਂ ਕੌਣ ਉਸਨੂੰ ਰਹਿਣ ਡਰਾਈਵਰ ਦਾ, ਮੈਂ ਨਾ ਵੀ ਦੱਸਦਾ ਨਾ ਆਪ ਜੀ ਨੂੰ। ਸਤਿਗੁਰੂ ਜੀ ਆਪਣੇ ਬੱਦਰਾ ਜੀ ਪੰਕਤੀ ਆਉਂਦੀ ਹੈ, ਭਾਂਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਏ ਅੱਗੇ ਕੀ ਹੈ। ਦਾਸ ਆਖਣ ਮਹਾਰਾਜ ਜੀ ਆਪ ਜੀ ਪਤਾ ਨਾ ਅਗਰ ਨਹੀਂ ਕੌਣ ਦੱਸ ਤਾਂ ਉਸਨੂੰ ਰਹਿਣ, ਮੈਂ ਪਿਛਲੀ ਸੀਟ 'ਤੇ ਬੈਠਾ ਸੀ ਮਹਾਰਾਜ ਜੀ ਅਗਲੀ ਸੀਟ 'ਤੇ ਸਨ। ਸਾਹਿਬ ਮਹਾਰਾਜ ਫਿਰ ਦੁਬਾਰਾ ਬੋਲਿਆ, ਮਤਲਬ ਲਿਖਿਆ ਨਾ ਭਾਂਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਏ ਫਿਰ ਮਹਾਰਾਜ ਜੀ ਆਪ ਹੀ ਪਤਾ ਅੱਗ ਨਹੀਂ ਕਿਉਂ ਦੱਸ। ਹੁਣ ਬਚਨ ਸਾਨੂੰ ਉਹਨਾਂ ਦੇ ਦੱਸਣਾ ਪਿਆ ਸੀ, ਤੀਰਕ ਪਰ ਨੇਮ ਸਭੇ ਰਸਾ ਕਰ ਆਖਣਗੇ ਜੇ ਸਾਰੇ ਰਸਤਾ ਤੱਕ ਚਲੇ ਗਏ ਤਾਂ ਸਵੇਰੇ 4 ਵਜੇ ਉੱਠ ਕੇ ਕੋਈ ਬਾਬੇ ਡੇਰੇ ਜਾਗਰ ਕੀ ਕਰ, 4 ਵਜੇ ਉੱਠ ਕੇ ਕੋਈ ਬਾਬੇ ਡੇਰੇ ਗਿਆ ਭਜਨ ਕੀਤਾ ਉਹ ਤਾਂ ਕਿੱਥੇ ਚਲਾ ਗਿਆ, ਸਭ ਹੈ ਰਸਾਤਲ ਜੇ ਉਹਦਾ ਬੇਕਾਰ ਹੋ ਗਿਆ ਕੀ ਲੋੜ ਹੈ। ਭਜਨ ਤਾਂ ਹੀ ਟਿਕੇਗਾ ਜੋ ਅਸੀਂ ਰਹਿਣੀਆਂ 'ਤੇ ਰਵਾਂਗੇ। ਸਾਹਿਬ ਮਹਾਰਾਜ ਜੀ ਸਾਨੂੰ ਵਾਰ ਵਾਰ ਇਹ ਸਮਝਾਉਣ, ਇਹ ਜੋ ਕਥਾ ਸੁਣਾਈ ਸਾਹਿਬ ਮਹਾਰਾਜ ਜੀ ਨੇ ਭਾਈ ਮੋਹਨ ਸਿੰਘ ਜੀ ਫਰੀਦਾਬਾਦ ਤੋਂ ਸ਼ੁਰੂ ਕੀਤੀ ਸੀ, ਅਜੇ ਕੋਈ ਸਮਾਪਤੀ ਨਹੀਂ ਹੋਈ ਕਥਾ ਦੀ, ਪਰ ਅਸੀਂ ਕਹਾਂ ਸਾਹਿਬ ਮਹਾਰਾਜ ਕੋਲ ਇਤਨਾ ਖਜ਼ਾਨਾ ਹੈ, ਇਤਨਾ ਖਜ਼ਾਨਾ ਹੈ ਕਿ ਸਾਖੀ ਮੌਕੇ ਤੋਂ ਨਾ ਤਰੀਕੇ ਨਾਲ ਸਾਨੂੰ ਸਮਝਾ ਸਕਦੇ ਹਾਂ ਕਿ ਸਾਖੀ ਪੂਰੀ ਨਹੀਂ ਹੋਈ ਹੋਰ ਚਲੇਗੀ ਅੱਗੇ। ਕਿਉਂਕਿ ਇੱਕ ਜਿਹੜਾ ਤੋਂ ਸੀ ਸਤਿਗੁਰ ਭਗਵਾਨ ਦਾਸ ਜੀ ਦੇ ਸਿੱਖ ਰਾਮ ਕਵਾੜੀ, ਤਾਂ ਸਤਿਗੁਰ ਦੇ ਪਾਤਸ਼ਾਹ ਨੇ ਉਸ ਸਾਖੀ ਨੂੰ ਕਿਤਨੇ ਹੀ ਮਹੀਨੇ ਹੀ ਇੱਕ ਸਾਖੀ ਸੀ ਅਤੇ ਕਿਤਨੇ ਹੀ ਮਹੀਨੇ ਉਸ ਸਾਖੀ ਦੇ ਵਿਚਾਰ ਕੀਤਾ, ਇਹ ਸਾਖੀ ਕਿਤਨੀ ਗਹਿਰੀ ਸਾਖੀ ਹੈ ਵਿਚਾਰ ਕਰੋ। ਤਾਂ ਹੁਣ ਵੀ ਬੜੀ ਸਰਲਤਾ ਦੇ ਨਾਲ ਸਾਡੇ ਨਾਲ ਸਾਂਝ ਪਾਈ
ਅਸੀਂ ਇੱਥੇ ਬੈਠੇ ਹਾਂ, ਆਪਣੇ ਮਨ ਨੂੰ ਪੱਕਾ ਰੱਖੀਏ, ਜੋ ਅਸੀਂ ਇੱਥੇ ਆ ਕੇ ਬੈਠੇ ਹਾਂ ਸਾਡਾ ਬੈਠਣਾ ਕੋਈ ਲਾਹੇਵੰਦ ਹੋਵੇ, ਬੇਕਾਰ ਨਾ ਜਾਏ, ਕੋਈ ਗੱਲ ਨਾ ਹੋਵੇ, ਸਭ ਰਸਾ ਕਰ ਜਾਏ, ਉਹ ਨਾ ਜਾਵੇ। ਮਿਹਨਤ ਕੀਤੀ, ਘਰ ਦੁਕਾਨਾਂ ਬੰਦ ਕਰਕੇ ਆਇਆ, ਬੱਚੇ ਛੋੜ ਕੇ ਆਇਆ, ਗਰਮੀ ਚਾਰ ਆਏ ਹਾਂ, ਜੂਨ ਦੀ ਗਰਮੀ ਹੈ, ਅਤੇ ਫਿਰ ਵੀ ਕੋਈ ਲੈ ਕੇ ਨਾ ਜਾਈਏ। ਜਿਹੜੇ ਇਸ ਰਾਤ ਨੂੰ ਤਿਲਕ ਜਾਂਦਾ ਹੈ ਇਨਸਾਨ, ਅੱਜ ਕਮਿਟਮੈਂਟ ਕਰੇ। ਸਾਹਿਬ ਮਹਾਰਾਜ ਜੀ ਹਰ ਵੇਲੇ ਬਖਸ਼ਿੰਦ, ਸਦ ਬਖਸ਼ਿੰਦ, ਸਦਾ ਮਿਹਰਬਾਨ। ਬਸ ਆਪਣੇ ਮਨ ਨੂੰ ਪੱਕਾ ਕਰਕੇ ਗੁਰੂ ਦੇ ਚਰਨਾਂ ਦਾ ਅਰਦਾਸ ਸੱਚੇ ਪਾਤਸ਼ਾਹ, ਜਿਸ ਵੇਲੇ ਹੁਣ ਬੱਚੇ ਨੇ ਖਲੋ ਕੇ ਆਪਣੀਆਂ ਫੁੱਲਾਂ ਬਖਸ਼ਾਈਆਂ ਨਾ, ਅਤੇ ਸ਼ਰਮ ਆਉਂਦੀ ਦਾ ਮਨ ਸਾਲ ਸਾਲ ਮਾਤਾ ਹੀ ਕਹਿੰਦੇ, ਅਤੇ ਸ਼ਰਮ ਆਉਂਦੀ ਨਾ ਕੋਟ ਵਿਸ਼ਾ ਚਲਾ ਜਾਏ, ਹੱਥ ਜੋੜ ਕੇ ਅਰਦਾਸ ਕਰੇ ਪਰਮ ਸਾਹਿਬ ਅੱਗੇ, ਸਾਨੂੰ ਭਗਵਾਨ ਦਾ ਜੀ ਉਸ ਉਸੀ ਵੇਲੇ ਬਖਸ਼ ਦਿੰਦੇ। ਮਨ ਕਰਕੇ ਕਿ ਮੈਂ ਅੱਗੋਂ ਨਹੀਂ ਕਰਾਂਗਾ। ਸਤਿਗੁਰੂ ਸੰਗਤਾ ਸਾਹਿਬ ਜੀ ਨੇ, ਧਿਆਨ ਰੱਖਣਾ ਪੁੱਤ ਜੀ ਸਾਡੇ ਪੜ੍ਹ ਲੈਣ, ਸਤਿਗੁਰੂ ਸੰਗਤਾ ਸਾਹਿਬ ਜੀ ਨੇ ਭਾਈ ਮੂਲ ਸਿੰਘ ਨੂੰ ਜਿਸ ਵੇਲੇ ਉਹ ਆ ਕੇ ਬੈਠਾ ਸੀ ਨਾ, ਉਸਨੇ ਬੈਠੇ ਬੈਠੇ ਮਨ ਚ ਕਿਹਾ ਸੀ ਕਿ ਮੈਂ ਅੱਗੋਂ ਨਹੀਂ ਕਰਾਂਗਾ। ਧਿਆਨ ਰੱਖਣਾ, ਮਾਫ਼ੀ ਉਸਨੂੰ ਹੈ ਜਿਹੜਾ ਅੱਗੋਂ ਨਾ ਕਰੇ, ਮਾਫ਼ੀ ਉਸਨੂੰ ਹੈ ਜਿਹੜਾ ਅੱਗੋਂ ਨਾ ਕਰੇ, ਜੇ ਮਾਫ਼ੀ ਲੈ ਕੇ ਫਿਰ ਅੱਗੋਂ ਕਰੇਗਾ ਉਹ ਮਾਫ਼ੀ ਨਹੀਂ ਹੁੰਦੀ। ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਾਣਨ, ਮਾਫ਼ੀ ਤਾਂ ਹੀ ਮਿਲਦੀ ਹੈ ਜੋ ਅੱਗੋਂ ਤੌਬਾ ਕਰਦਾ ਉਸ ਦਾ ਮਨ। ਗੁਰੂ ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਨੇ ਜੋ ਯਾਦ ਰਚਾਇਆ ਹੈ ਸਾਡੇ ਸਾਹਿਬ ਦੇ ਪੂਰਵ ਦੇ ਚੰਗੇ ਕਰਮ, ਜੋ ਸਾਨੂੰ ਸਤਿਗੁਰ ਦੀ ਐਸੀ ਹਜ਼ੂਰੀ ਮਿਲੀ। ਬਾਣੀ ਕਹਿੰਦੀ ਹੈ ਵਿੱਚ ਸੰਗਤ ਹਰ ਪਰਵਸੇ ਜੀਓ, ਪਰਮੇਸ਼ਰ ਬੈਠਾ ਹੈ ਸਾਡੇ ਅਕਾਲ ਪੁਰਖ ਸਤਿਗੁਰ ਬੈਠੇ ਆਪ ਬੈਠੇ ਸਾਡੇ ਵਿੱਚ, ਤਾਂ ਵਿੱਚ ਸੰਗਤ ਜਿਹਦੇ ਸਤਿਗੁਰੂ ਆਪ ਬੈਠਾ ਹੋਵੇ ਉੱਥੇ ਤਾਂ ਫਿਰ ਸਭ ਕੁਛ ਪ੍ਰਵਾਨਗੀ ਹੈ। ਜਿਸ ਤਰ੍ਹਾਂ ਸਾਹਿਬ ਮਹਾਰਾਜ ਵਚਨ ਕੀਤਾ, 23 ਜੁਲਾਈ ਤੋਂ ਆਪੜ ਸਤਿਗੁਰ ਭਗਵਾਨ ਦਾਸ ਜੀ ਦਾ ਜੋਤੀ ਜੋਤ ਪੁੱਤਰ ਦਾ ਮਹਾਂਯੰਗ ਦੀ ਅਰੰਭਤਾ ਹੋਵੇਗੀ, ਕਿਉਂਕਿ ਸਮੂਹ ਡੇਰਿਆਂ ਤੋਂ ਸੰਗਤਾਂ ਆਈਆਂ ਹਨ। ਮੈਂ ਬੇਨਤੀ ਕਰਾਂਗਾ ਹੱਥ ਜੋੜ ਕੇ ਕਿ ਜਿਨ੍ਹਾਂ ਜਿਨ੍ਹਾਂ ਪਾਠਾਂ 'ਚ ਹਿੱਸਾ ਲੈਣਾ ਹੋਵੇ, ਜੋ ਆਪਣੀ ਤਰੀਕ ਵੀ ਚਾਹੁੰਦੇ ਹੋਣ ਕਿ ਕਿਸ ਤਰੀਕ 'ਤੇ ਭੋਗ ਕਰੇ, ਉਹ ਆਪਣੇ ਨਾਮ 15 ਜੁਲਾਈ ਤੱਕ ਸਤਿਕਾਰਯੋਗ ਸਾਡੇ ਭਾਵੀ ਮਾਤਾ ਜੀ ਆਦਰਣੀ ਹੈ ਸਾਡੇ, ਉਹਨਾਂ ਕੋਲ ਮੋਦੀ ਨਗਰ ਆਪਣਾ ਨਾਮ ਜ਼ਰੂਰ ਲਿਖਾ ਲੈਣ। 15 ਜੁਲਾਈ ਤੱਕ, 1 ਤਰੀਕ ਤੋਂ ਪਾਠ ਲਿਖਣੇ ਸ਼ੁਰੂ ਹੋਣਗੇ, ਅਤੇ 15 ਜੁਲਾਈ ਤੱਕ ਸਤਿਕਾਰਯੋਗ ਭਾਵੀ ਮਾਤਾ ਜੀ ਨੂੰ ਆਪਣੇ ਨਾਮ ਲਿਖਾ ਦੇਣਾ, ਅਤੇ ਜੋ ਤਰੀਕ ਆਦਿ ਦੀ ਲੋੜ ਹੋਵੇ ਭੋਗ ਪਾਉਣ ਦੀ ਉੱਥੇ ਆਦਿ ਸਮੇਂ 'ਤੇ ਪੁੱਛਾਂਗੇ। ਅਤੇ ਇਹ ਵੀ ਨਾਲ ਬੇਨਤੀ ਕਰਾਂਗਾ ਜਿਨ੍ਹਾਂ ਨੇ ਪਾਠ ਖਾਣੇ ਹੋਣ, ਸਿਰਫ ਭੇਟਾ ਦੇ ਕੇ ਹੀ ਗੱਲ ਨੂੰ ਨਾ ਖਤਮ ਕਰ ਲੈਣਾ। ਪਾਠ ਖਾਣ ਵੇਲੇ ਵੀ, ਭੋਗ ਵੇਲੇ ਵੀ, ਅਤੇ ਸੰਭਵ ਹੋਵੇ ਤਾਂ 3 ਦਿਨ ਹੀ ਉੱਥੇ, ਕਿਉਂਕਿ ਜੋ ਸੇਵਾ ਲੋੜ ਹੈ ਸਿਰਫ ਪਾਠ ਦੀ ਭੇਟਾ ਦੇ ਕੇ ਵੀ ਮੇਰਾ ਪਾਠ ਰੱਖ ਦੇਣਾ, ਇਹ ਪਿਆਰ ਨਹੀਂ ਹੁੰਦਾ। ਪਿਆਰ ਤਾਂ ਹੈ ਜੋ ਉੱਥੇ ਜਾ ਕੇ ਅਰੰਭਾ ਆਪਣੇ ਸਾਹਮਣੇ ਕਰਾਈ ਜਾਏ, ਜੋ ਸੇਵਾ ਲੋੜ ਹੈ, ਦਿਨ ਇਸ਼ਕਾਰ ਪਾਠੀਆਂ ਦੀ ਸੇਵਾ ਲੋੜ ਹੈ, ਹੋਰ ਸੰਗਤ ਦੀ ਸੇਵਾ ਲੋੜ ਹੈ, ਉਹ ਮਨ ਕਰਕੇ ਸੇਵਾ ਵੀ ਕੀਤੀ ਜਾਏ, ਭੋਗ ਵੇਲੇ ਸ਼ਾਮਿਲ ਵੀ ਹੋ ਜਾਏ, ਆਨੰਦ ਵੀ ਲੁਟਿਆ ਜਾਏ, ਤਾਂ ਫਿਰ ਉਸ ਵੇਲੇ ਫਿਰ ਦੇਖੋ ਸਾਧੂ ਕਿਵੇਂ ਬਖਸ਼ਿਸ਼ ਅਤੇ ਰਹਿਣ ਕਰਦਾ ਹੈ। ਸਾਨੂੰ ਕਿਰਪਾ ਕਰਨ ਪੁੰਨਾ ਚੁਬਾਰੀ ਕਿਮਾ, ਆਪ ਜੀ ਜਿਹਨਾਂ ਪਾਠ ਖਾਣਾ ਹੋਵੇ 15 ਜੁਲਾਈ ਤੱਕ ਆਪ ਜੀ ਆਪਣੇ ਨਾਮ ਲਿਖਾ ਦੇਣਾ, ਉਸੀ ਮੁਤਾਬਿਕ ਅਤੇ ਸਾਰਾ ਪ੍ਰਬੰਧ ਅੱਗੋਂ ਸਿੱਧੇ ਢੰਗ ਨਾਲ ਜੀ ਸੇਵਾ ਸ਼ਕਾਰ ਛਾਪੜ ਦੀ ਸੰਗਤ ਸ਼ਾਮਲ ਹੋ ਸਕੇ। 4 ਸਹਿਜ ਪਾਠਾਂ ਦੇ ਕੋਲ